किसान नहीं है, लाल झंडे जड़े लगे है, ये वो जड़े व्यक्ति ने जिन्होंने हमेशा अराजकता फैलाई है और उन्होंने कोई आधार पंजाब च नहीं है, क्योंकि किसान दलितों के नाल हमेशा रहा और ये जड़े बैठे दलित विरोधी बैठे ने। जो अकाली सारे इको तकड़ी के पट्टे आ, इको कुत्ते के पोते आ, ये जो साढ़े किसानों कांग्रेसी कहते हैं, इन्हों शर्म होनी चाहिए, इन्हें सारा वजीफा बंद कर देनी उन्होंने, ये दलित अतैचिया है। मत सोचन पंजाब राज कर लवेंगे, साड़िया पिछले साढ़े लीडर कीतियां गलतियां अज सानू भोगनिया पै रही हैं, जिहदे करके असीं भोग रहे हैं, सड़कों से मर रहे हैं। केंद्र सरकार वालों अपनाई जा रही किसान मारू नीतियों के खिलाफ किसानों का गुस्सा ठंडा होने का नाम नहीं लै रहा। भाजपा के नेतावान लगातार किसानों के गुस्से का सामना करना पै रहा। सबका केंद्रीय मंत्री विजय सांपला नूं तां किसानां दे विरोध दा दोहरी बार सामना करना पै गया। पहला तां विजय सांपला तों मोदी खिलाफ नारेबाजी करवाई गई सी, इस बार भी किसानां ने सांपले नूं खरियां खरियां सुना दित्तियां। भई इह कौन लोक आ, उह अपनी अंदर बह के कॉन्फ्रेंसां कर गए आ, उन्हां नूं इह नहीं पता इह इन्हां दीआं सियासतां आ, इह कांग्रेस होई जो इह बीजेपी होई जो अकाली सारे इको तकड़ी दे पट्टे आ, इको कुत्ते दे पोते आ, इह इको कुत्ते दे पोते। मैं गल कहना जिहड़े साडे किसानां नूं कांग्रेसी कहिंदे आ, इन्हां नूं शर्म होनी चाहीदी आ, इन्हां नूं शर्म होनी चाहीदी आ, इन्हां नूं शर्म होनी चाहीदी आ। ओ इन्हां नूं मैं पुछना चाहुंदा, इन्हीं जिहड़े सेंटर दे लोक आ, इह कहिंदे दलित, इन्हां दा दलितां दीआं जो वजीफे सारे बंद करते नहीं, इह कहिंदे असीं दलितां दे हितैषी आ, ਇਹਨੇ ਸਾਰਾ ਵਜੀਫਾ ਬੰਦ ਕਰਤੇ ਨਹੀਂ ਉਹਨਾਂ ਦੇ, ਇਹ ਦਲਿਤ ਅਤੈਚੀਆ ਹੈ। ਨਾਲੇ ਦਲਿਤ ਦੀ ਗੱਲ ਹੋਰ ਤਾਂ ਕੋਈ ਕਰੇ 100 ਵਾਰੀ ਕਰੇ, ਪਰ ਬੀਜੇਪੀ ਨੂੰ ਕੀ ਹੱਕ ਆ ਦਲਿਤ ਦੀ ਗੱਲ ਕਰਨ ਦਾ? ਕਿਉਂਕਿ ਇਹਨਾਂ ਦੀ ਜੋਗੀ ਦੀ ਸਰਕਾਰ ਜਿਹਨੂੰ ਇਹ ਰਾਮ ਰਾਜ ਦੀ ਸਰਕਾਰ ਕਹਿੰਦੇ ਨੇ, ਉੱਥੇ ਇੱਕ ਦਲਿਤ ਬੱਚੀ ਨਾਲ ਜੋ ਕੁਕਰਮ ਹੋਇਆ ਉਹ ਸਾਰਾ ਸੰਸਾਰ ਦੇਖਦਾ, ਹੋਰ ਤਾਂ ਕੋਈ ਦਲਿਤਾਂ ਦੀ ਗੱਲ ਕਰੇ, ਪਰ ਬੀਜੇਪੀ ਨੂੰ ਕੋਈ ਹੱਕ ਨਹੀਂ ਕਿ ਉਹ ਦਲਿਤਾਂ ਦੀ ਨੁਮਾਇੰਦਾ ਜਮਾਤ ਬਣ ਕੇ ਖੜੀ ਹੋਵੇ। ਅਤੇ ਜਿਹੜੇ ਇਹ ਕਹਿ ਰਹੇ ਨੇ ਅਸੀਂ ਇੱਥੇ ਦਲਿਤਾਂ ਦੀ ਕਾਨਫਰੰਸ ਕਰਨ ਆਏ ਸੀ, ਪਹਿਲਾਂ ਇਹ ਕਿਸਾਨਾਂ ਦੇ ਮਸਲੇ ਤਾਂ ਸੁਲਝਾ ਲੈਣ, ਪਹਿਲਾਂ ਜਿਹੜੇ ਕਹਿੰਦੇ ਨੇ ਕਿਸਾਨ ਨਹੀਂ ਤੇ ਤੁਸੀਂ ਸਮਝਾਉਣ ਦਿੱਲੀਓਂ, ਤੁਹਾਡੀ ਡਿਊਟੀ ਕਿਸਾਨਾਂ ਦੀ ਲੱਗੀ ਹੈ, ਇਸੀ ਕਮਰਿਆਂ ਵਿੱਚ ਕਿਹੜੇ ਕਿਸਾਨ ਬੈਠੇ ਨੇ? ਅਸੀਂ ਪੁੱਛਣਾ ਚਾਹੁੰਦੇ ਹਾਂ, ਇਸੀ ਕਮਰਿਆਂ ਵਿੱਚ ਰਿਪੋਰਟਰਾਂ ਨੇ ਤਾਂ ਨਹੀਂ ਖੇਤੀ ਕਰਨੀ, ਖੇਤੀ ਤਾਂ ਅਸੀਂ ਕਿਸਾਨਾਂ ਨੇ ਕਰਨੀ ਆ, ਸਾਨੂੰ ਇੱਥੇ ਆ ਕੇ ਸਮਝਾਓ, ਸਾਡੇ ਨਾਲ ਗੱਲ ਕਰੋ, ਤੇ ਸਾਡੇ ਤੋਂ ਡਰਦੇ ਅੰਦਰ ਬੈਠੇ ਨੇ। ਪਰ ਉਹ ਕਹਿ ਰਹੇ ਕਿ ਉਹ ਗੱਲ ਉਹ ਕਹਿੰਦੇ ਸਾਡੇ ਨਾਲ ਗੱਲ ਕਰ ਲਓ, ਆ ਕੇ ਕਿਸਾਨ ਆ ਕੇ ਗੱਲ ਕਰਨ, ਅਸੀਂ ਕਿਉਂ ਕਰੀਏ? ਇੱਕ ਮਿੰਟ ਜੀ, ਇੱਕ ਮਿੰਟ, ਉਹਨਾਂ ਕੋਲ ਨਹੀਂ ਜਾਣਾ, ਉਹ ਸਾਡੇ ਕੋਲ ਆਣ। ਨਹੀਂ ਬਿਲਕੁਲ, ਮੈਂ ਦੱਸਣਾ ਚਾਹੁੰਦਾ, ਮੈਂ ਇੱਕ ਮਿੰਟ ਜੀ, ਮੈਂ ਦੱਸਣਾ ਚਾਹੁੰਦਾ, ਮੈਂ ਦੱਸਣਾ ਚਾਹੁੰਦਾ, ਜੇ ਇਹ ਕਹਿੰਦੇ ਨੇ ਗੱਲਬਾਤ ਕਰਨ ਤੇ ਸਾਡੀ ਨੁਮਾਇੰਦਾ ਕਿਸਾਨਾਂ ਦੀ ਜਥੇਬੰਦੀ ਦਿੱਲੀ ਗਈ ਆ, ਤੇ ਇਹ ਇੱਥੇ ਪੰਜਾਬ ਵਿੱਚ ਕੀ ਲੈਣਾ ਹੈ? ਉੱਥੇ ਸਾਡੀ ਨੁਮਾਇੰਦਾ ਜਮਾਤ ਨਾਲ ਗੱਲ ਕਿਉਂ ਨਹੀਂ ਕੀਤੀ ਇਹਨਾਂ ਦੇ ਮੰਤਰੀਆਂ ਨੇ? ਇਹ ਸਿਰਫ ਤੇ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ, ਇਹ ਥਾਂ ਥਾਂ ਤੇ ਨੌਜਵਾਨਾਂ ਨੂੰ ਉਕਸਾਉਣ ਖਾਤਰ ਜਾ ਰਹੇ ਨੇ। ਇਹਨਾਂ ਦੀ ਗੱਲਬਾਤ ਦੀ ਮਨਸ਼ਾ ਬਿਲਕੁਲ ਨਹੀਂ। ਜੇ ਗੱਲਬਾਤ ਦੀ ਇਹਨਾਂ ਦੀ ਮਨਸ਼ਾ ਹੁੰਦੀ ਤੇ ਸਾਡੇ ਕਿਸਾਨਾਂ ਨੂੰ ਦਿੱਲੀ ਸੱਦ ਕੇ ਤੇ ਆਪ ਭਗੌੜਿਆਂ ਦੀ ਤਰ੍ਹਾਂ ਪੰਜਾਬ ਨਾ ਭੱਜ ਕੇ ਆਉਂਦੇ, ਸਾਡੇ ਨੁਮਾਇੰਦਿਆਂ ਦੀ ਤਸੱਲੀ ਕਰਾਉਂਦੇ ਉੱਥੇ। ਸਾਡਾ ਅਗਲਾ ਕਦਮ ਪੰਜਾਬ ਵਿੱਚ ਸਾਡੀਆਂ ਜੋ ਵੀ 30 ਜਥੇਬੰਦੀਆਂ ਨੇ ਪ੍ਰੋਗਰਾਮ ਉਲੀਕਿਆ ਉਹਦੇ ਅਨੁਸਾਰ ਹੋਵੇਗਾ, ਪਰ ਇੱਕ ਗੱਲ ਸਪਸ਼ਟ ਤੇ ਤੈਅ ਹੈ ਕਿ ਪੰਜਾਬ ਬੀਜੇਪੀ ਦੇ ਲੀਡਰਾਂ ਦੀ, ਇਹਨਾਂ ਦੇ ਕਿਸੇ ਵੀ ਲੀਡਰ ਦੀ ਪੰਜਾਬ ਵਿੱਚ ਐਂਟਰੀ ਬੰਦ ਕਰਾਂਗੇ, ਤੇ ਇਹਨਾਂ ਦੇ ਪਿੰਡਾਂ ਵਿੱਚ ਵੜਨਾ ਮੁਸ਼ਕਲ ਕਰਕੇ ਇਹਨਾਂ ਦੇ ਕਾਨਫਰੰਸਾਂ ਨੂੰ ਬਿਲਕੁਲ ਵਿਰੋਧ ਕਰਾਂਗੇ, ਇਹਨਾਂ ਨੂੰ ਪੰਜਾਬ ਵਿੱਚ ਬੋਲਣ ਨਹੀਂ ਦੇਵਾਂਗੇ। ਵਿਜੇ ਸਾਂਪਲਾ ਹੁਣ ਕਹਿ ਰਹੇ ਹੈ ਕਿ ਜਿਹੜੇ ਲੈਣਾ ਤੇ ਬੈਠੇ ਹੈ ਜਾਂ ਟੋਲ ਪਲਾਜ਼ਾ ਤੇ ਬੈਠੇ ਜਾਂ ਸੜਕਾਂ ਤੇ ਬੈਠੇ ਉਹ ਕਿਸਾਨ ਨਹੀਂ ਹੈ ਕਾਂਗਰਸ? ਉਹ ਗੱਲ ਤੇ ਕਰਨ ਆ ਕੇ, ਕਿਉਂਕਿ ਪਤਾ ਲੱਗ ਜਾਏਗਾ ਕਿਸਾਨ ਕੌਣ ਹੈ ਤੇ ਹੋਰ ਕੌਣ ਹੈ। ਇੱਕ ਵਾਰ ਸਾਡੇ ਧਰਨਿਆਂ ਵਿੱਚ ਆ ਕੇ ਗੱਲ ਤਾਂ ਕਰਨ, ਅਸੀਂ ਉਹਨਾਂ ਨੂੰ ਪੁੱਛ ਲਈਏ ਕਿ ਪੰਜਾਬ ਝੋਨੇ ਦਾ ਏਕੜ ਦਾ ਬੀਜ ਕਿੰਨਾ ਪੈਂਦਾ, ਅਸੀਂ ਉਹਨਾਂ ਨੂੰ ਪੁੱਛ ਲਈਏ ਕਿ ਕਣਕ ਦਾ ਬੀਜ ਕਿੰਨਾ ਪੈਂਦਾ, ਜਿਹੜੇ ਬਹੁਤੇ ਕਿਸਾਨ ਹਿਤੈਸ਼ੀ ਬਣੇ ਨੇ, ਜਿਹੜੀ ਤੁਸੀਂ ਸਮ੍ਰਿਤੀ ਇਰਾਨੀ ਨੂੰ ਸਮਝਾਉਣ ਖਾਤਰ ਭੇਜਿਆ, ਬੀਬਾ ਨੂੰ ਝੋਨਾ ਤੇ ਠੀਕ ਨਾ ਕਹਿਣਾ ਨਹੀਂ ਆਉਂਦਾ, ਝੋਨਾ ਕਹਿ ਰਹੀ ਹੈ, ਤੇ ਹੋਰ ਉਹਨੂੰ ਸਾਨੂੰ ਕੀ ਸਮਝਾਏਗੀ? ਮੈਂ ਉਹੋ ਜਿਹੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਜਿਹਨਾਂ ਨੂੰ ਪਤਾ ਕੁਛ ਨਹੀਂ ਖੇਤੀ ਬਾਰੇ, ਉਹ ਸਾਨੂੰ ਸਮਝਾਉਂਦੇ ਜਿਹਨੂੰ ਗੁੜਤੀ ਸਾਡੇ ਪੰਜਾਬ ਦੇ ਜੰਮਿਆਂ ਨੂੰ ਗੁੜਤੀ ਕਿਸਾਨੀ ਦੀ ਮਿਲਦੀ ਹੈ, ਸਾਨੂੰ ਸਮਝਾਉਣਾ ਚਾਹੁੰਦੇ ਨੇ। ਮੈਂ ਇਹਨਾਂ ਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜੇ ਇਹਨਾਂ ਨੇ ਇਹੋ ਜਿਹੀਆਂ ਹਰਕਤਾਂ ਕੀਤੀਆਂ ਤੇ ਅਸੀਂ ਜਾਬਤਿਆਂ ਭੁੱਲ ਜਾਵਾਂਗੇ ਕਿ ਧੀਆਂ ਭੈਣਾਂ ਤੇ ਸਬਜ਼ੀਆਂ ਸਾਂਝੀਆਂ ਨੇ, ਪਰ ਇਹ ਸਾਨੂੰ ਉਕਸਾ ਰਹੇ ਨੇ, ਇਹ ਅਸੀਂ ਬਾਅਦ ਵਿੱਚ ਭੁੱਲ ਜਾਵਾਂਗੇ, ਇਹਨਾਂ ਦੀ ਪੰਜਾਬ ਵਿੱਚ ਐਂਟਰੀ ਬੰਦ ਕਰਕੇ ਹਟਾਂਗੇ ਅਸੀਂ। ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਤੁਹਾਡੇ ਚੈਨਲ ਦੇ ਜ਼ਰੀਏ ਕਿ ਅਸੀਂ ਜਿਹੜੇ ਟੋਲ ਪਲਾਜ਼ਿਆਂ ਦੇ ਬੈਠੇ ਜਾਂਦੇ ਸੀ ਇੱਥੇ ਹੈ ਕਿ ਸਾਡੇ ਗਲਾਂ 'ਚ ਆਈਡੈਂਟੀ ਕਾਰਡ ਪਾਏ ਆ ਕਾਂਗਰਸੀਆਂ ਅਸੀਂ?
ये सिर्फ ड्रामे करते हैं। ये चोणा जिहड़ियां 2022 दियां आउणियां आ, इह उहनां चोणां नूं भुल जाण, इहनां दे 0% रिजल्ट आउणगे, इहनां नूं कैंडीडेट नहीं मिलणगे। ये मत सोचण पंजाब विच राज कर लवांगे, साडियां पिछले साडे लीडरां दियां कीतियां गलतियां अज्ज सानूं भोगणियां पै रहियां आ, जिहदे करके असीं भोग रहे हां, सड़कां ते मर रहे हां। पर तुहाडे चैनल जी दसना चाहुंदे आ, 9 किसान मर गए टोल प्लाजिआं दे उत्ते बैठे ਧਰਨਿਆਂ ਦੇ ਵਿੱਚ ਮਰ ਗਏ। ਇਹਨਾਂ ਨੂੰ ਉਹ ਕਿਸਾਨਾਂ ਨਾਲ ਕਿਸੇ ਨੇ ਹਮਦਰਦੀ ਨਹੀਂ, ਕਿਸੇ ਦੇ ਘਰ ਕੋਈ ਬੀਜੇਪੀ ਦਾ ਲੀਡਰ ਜਿਹੜੇ ਮੰਤਰੀ ਆਏ ਨੇ ਕਿਸੇ ਦੇ ਘਰੇ ਕੋਈ ਗਿਆ, ਇਹ ਡਰਦੇ ਡਰਦੇ ਆਣ ਕੇ ਮਾਣੋ ਬਿੱਲੀਆਂ ਵਾਂਗੂ ਟੋਲ ਪਰਾ ਇੱਥੇ ਸਰਕਟ ਉਸ ਮੀਟਿੰਗਾਂ ਕਰਦੇ ਆ। ਇਹਨਾਂ ਦੀ ਮੈਂ ਕਹਿੰਦਾ ਕਿਸਾਨ ਵੀਰੋ, ਇਹਨਾਂ ਦੀਆਂ ਖਬਰਾਂ ਹੀ ਪਾਉਣੀਆਂ ਬੰਦ ਕਰ ਦਿਓ, ਇਹਨਾਂ ਦਾ ਚਿਹਰਾ ਵੀ ਦੇਖਣ ਨੂੰ ਇਹਦਾ ਬਰਦਾਸ਼ਤ ਨਹੀਂ ਕਰਾਂਗੇ ਕਿਸੇ ਕੀਮਤ ਵਿੱਚ। ਇਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ, ਅਸੀਂ ਇੱਕ ਚੈਨਲਾਂ ਜ਼ਰੀਏ ਦੱਸਣਾ ਚਾਹੁੰਦਾ, ਸਾਨੂੰ ਖਬਰਾਂ ਲਵਾਉਣ ਦਾ ਮਤਲਬ ਨਹੀਂਗਾ, ਅਸੀਂ ਆਪਣੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ। ਆਹ ਹੁਣੇ ਮੈਂ ਸੁਣਦਾ ਸੀਗਾ ਉਹ ਦੱਸਿਆ ਪੱਤਰਕਾਰ ਨੇ ਵੀ 2.5 ਏਕੜ ਦਾ ਉੱਤੇ ਕਿ ਅਸੀਂ 2.5 ਏਕੜ ਵਾਲੇ ਕਿਸਾਨ ਹਾਂ, ਕਿ ਬਾਕੀ ਜਾਣੀਆਂ ਜ਼ਮੀਨਾਂ ਭਾਜਪਾ ਨੂੰ ਦੇ ਰਹੀ ਹੈ, ਅਸੀਂ ਕਿਸੇ ਵਕੀਲ ਦੇ ਮਰ ਜਾਵਾਂਗੇ, ਅਸੀਂ ਇਹਨਾਂ ਦੇ ਕਾਨੂੰਨ ਨੂੰ ਬਰਦਾਸ਼ਤ ਨਹੀਂ ਕਰਾਂਗੇ। ਇਸ ਕਰਕੇ ਦੱਸਣਾ ਚਾਹੁੰਦੇ ਭਾਜਪਾ ਵਾਲਿਓ, ਸੁਧਰ ਜਾਓ, ਬਾਜ ਆ ਜਾਓ, ਨਹੀਂ ਸਾਨੂੰ ਮਰਾਂਗੇ। ਸਾਡੇ ਅੱਗੇ 80% ਕੁਰਬਾਨੀਆਂ ਸਾਡੀਆਂ ਆ ਆਜ਼ਾਦੀ ਦੇ ਵਿੱਚ, ਜੇ ਮਰ ਵੀ ਜਾਵਾਂਗੇ ਕੁਛ ਨਹੀਂ ਹੋਣਾ, ਸ਼ਹੀਦਾਂ ਵਿੱਚ ਨਾਂ ਆ ਜੂ ਸਾਡੇ ਪਰਿਵਾਰ ਦਾ। ਮੈਂ ਸਾਪਲੇ ਨੂੰ ਦੱਸਣਾ ਚਾਹੁੰਦਾ, ਜੇ ਅਸੀਂ ਕਾਂਗਰਸੀ ਹਾਂ ਤੂੰ ਪਿੰਡਾਂ 'ਚ ਵੜ ਕੇ ਦਿਖਾਈ ਕੀ ਗੱਲ, ਜਿਹੜੇ ਕਾਂਗਰਸੀ ਉਹ ਕਿਸਾਨ ਨਹੀਂ ਕੀ ਗੱਲ, ਜਿਹੜੇ ਅਕਾਲੀ ਉਹ ਕਿਸਾਨ ਨਹੀਂ। ਸਭ ਤੋਂ ਪਹਿਲਾਂ ਕਿਸਾਨ ਆ, ਉਹ ਤੋਂ ਬਾਅਦ ਪਾਰਟੀ ਆ। ਇੱਥੇ ਜਿੰਨੇ ਜਥੇਬੰਦੀਆਂ ਜਿੰਨੀਆਂ ਆਈਆਂ ਸਾਰੇ ਕਿਸਾਨ ਆ। ਇਹਨੂੰ ਇਹ ਨਹੀਂ ਪਤਾ ਕਿਸਾਨ ਕੌਣ ਹੁੰਦੇ ਆ। ਕਿਸਾਨ ਜਿਹੜਾ ਆ ਸਭ ਤੋਂ ਪਹਿਲਾਂ ਕਿਸਾਨ ਬਣਦਾ, ਉਹ ਤੋਂ ਬਾਅਦ ਫਿਰ ਪਾਰਟੀ ਨਾਲ ਜੁੜਦਾ। ਇਹ ਸਾਨੂੰ ਅੱਜ ਕੀ ਗੱਲ, ਬੀਜੇਪੀ ਦੇ ਕਿਸਾਨ ਨਹੀਂ, ਉਹ ਕਿਸਾਨ ਨਹੀਂ ਹੈਗੇ। ਇਹਨੂੰ ਇੰਨਾ ਨਹੀਂ ਪਤਾ ਵੀ ਕਿਸਾਨ ਹੁੰਦਾ ਕੌਣ ਆ। ਸਿਆਸਤਦਾਨਾਂ ਨੂੰ ਇਸੇ ਗੱਲ ਦਾ ਤਾਂ ਫਿਕਰ ਪਿਆ ਆ ਵੀ ਅੱਜ ਇਸ ਕਰਕੇ ਪਾਰਟੀਆਂ ਛੱਡ ਕੇ, ਇਸ ਕਰਕੇ ਅਸੀਂ ਇਹਨੂੰ ਦੱਸਣਾ ਚਾਹੁੰਦੇ ਹਾਂ, ਤੂੰ ਸਾਨੂੰ ਜੋ ਮਰਜ਼ੀ ਕਹਿ, ਅਸੀਂ ਕਿਸਾਨੀ ਦੇ ਨਾਤੇ ਅਸੀਂ 30 ਕਿਸਾਨ ਜਥੇਬੰਦੀਆਂ ਅਸੀਂ ਇਕੱਠੀਆਂ ਹਾਂ, ਅਸੀਂ ਤੈਨੂੰ ਬਖਸ਼ਾਂਗੇ ਨਹੀਂ। ਤੁਹਾਡੇ ਕਿਸੇ ਵੀ ਲੀਡਰ ਨੂੰ ਨਾ ਸ਼ਹਿਰਾਂ 'ਚ ਨਾ ਪਿੰਡਾਂ 'ਚ ਚੈਨ ਦੀ ਨੀਂਦ ਨਹੀਂ ਸੌਣ ਦੇਵਾਂਗੇ। ਦੇਖੋ ਜੀ, ਇਹ ਸਰਕਾਰਾਂ ਦੇ ਕੰਮ ਆ, ਉਹਨੇ ਕੀ ਕਰਨਾ ਕੀ ਨਹੀਂ ਕਰਨਾ। ਸਾਡਾ ਇਹਨਾਂ ਰਾਸ਼ਟਰਪਤੀ ਲਾਗੂ ਨੂੰ ਕੋਈ ਸਾਡਾ ਇਹਨਾਂ ਦਾ ਨਾਤਾ ਨਹੀਂ ਸਾਡਾ ਇਹਨਾਂ ਨਾਲ। ਅਸੀਂ ਤਾਂ ਆਪਣੇ ਹੱਕ ਲੈਣੇ ਆ, ਹੱਕ ਲੈਂਦੇ ਰਹਾਂਗੇ, ਔਰ ਸਾਨੂੰ ਕੁਰਬਾਨੀਆਂ ਵੀ ਦੇਣੀਆਂ ਪੈਣ, ਅਸੀਂ ਆਪਣੇ ਹੱਕਾਂ ਤੋਂ ਪਿੱਛੇ ਨਹੀਂ ਹਟਾਂਗੇ। ਇੱਕ ਗੱਲ ਹੈ ਜੀ, ਉਹਦੇ ਲਈ ਇਹ ਬੇਈਮਾਨ ਬੰਦਾ ਜਿਹਨੇ ਬਲਾਤਕਾਰ ਕੀਤਾ, ਇਹਨੂੰ ਪੁਲਿਸ ਨੇ ਸਿਕਿਉਰਿਟੀ ਦਿੱਤੀ ਆ, ਇਹ ਪ੍ਰੈਸ ਕਾਨਫਰੰਸ ਕਰਦਾ ਫਿਰਦਾ, ਉਹ ਜਿਹੜੀ ਕੁੜੀ ਨਾਲ ਬਲਾਤਕਾਰ ਹੋਇਆ ਉਹਨੂੰ ਚੱਕ ਕੇ ਗ੍ਰਿਫਤਾਰ ਕੀਤਾ ਆ। ਇਹ ਅਸੀਂ ਇਹ ਨਿਖੇਧੀ ਕਰਦੇ ਹਾਂ, ਮਤਲਬ ਇਹ ਪੁਲਿਸ ਦੀ ਨਿਖੇਧੀ ਕਰਦੇ ਹਾਂ, ਇਹ ਧੱਕੇਸ਼ਾਹੀ ਆ ਵੀ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਉਹ ਕੁੜੀ ਨੂੰ ਚੱਕ ਕੇ ਨਹੀਂ ਅੰਦਰ ਦਿੱਤਾ ਪੁਲਿਸ ਨੇ, ਇਹ ਕੁੱਤੇ, ਅੱਜ ਦੀ ਗੱਲ ਆ, ਹੁਣ ਦੀ ਗੱਲ ਆ, ਇਹ ਕੁੱਤੇ ਬੰਦੇ ਨੂੰ, ਮਿੰਟੀ ਸਿੰਘ, ਇਹ ਕੁੱਤੇ ਬੰਦੇ ਨੂੰ ਜਿਹੜਾ ਜਿਹਨੇ ਬਲਾਤਕਾਰ ਕੀਤਾ ਉਹਨੂੰ ਸਿਕਿਉਰਿਟੀ ਦਿੱਤੀ ਆ, ਇਹਨੂੰ ਕਰੋ ਸਾਡੇ ਵੱਲ, ਅਸੀਂ ਇਹਨੂੰ ਦੇਖਦੇ ਕਿੰਨਾ ਕੁ ਬਦਮਾਸ਼ ਹੈ। ਇਸ ਕਰਕੇ ਮਤਲਬ ਹੈਗਾ ਵੀ ਇਹਨਾਂ ਦੀ ਬਦਮਾਸ਼ੀ ਅਸੀਂ ਕੱਢਦੇ ਹਾਂ। ਉਹ ਕੁੜੀ ਨੂੰ ਚੱਕ ਕੇ ਅੰਦਰ ਦਿੱਤਾ, ਇਹ ਇਹਨੂੰ ਲੋਕ ਰਾਜ ਕਹਿੰਦੇ ਤੁਸੀਂ? ਇਹ ਤਾਂ ਗੁੰਡਾ ਰਾਜ ਆ, ਇਹ ਲੋਕਾਂ ਦਾ ਰਾਜ ਥੋੜ੍ਹੀ ਆ, ਇਹ ਗੁੰਡਿਆਂ ਦਾ ਰਾਜ ਆ ਵੀ ਕੁੱਤੇ ਬੰਦੇ ਜਿਹੜੇ ਆ ਉਹ ਪਿਸਕਾਵਾਂ ਕਰਦੇ ਆ, ਜਿਹੜੀ ਕੁੜੀ ਨਾਲ ਬਲਾਤਕਾਰ ਹੋਇਆ ਉਹਨੂੰ ਚੱਕ ਕੇ ਜੇਲ੍ਹ ਦਿੱਤਾ। ਜ਼ਿਕਰਯੋਗ ਹੈ ਕਿ ਵਿਜੇ ਸਾਂਪਲਾ ਐਸਸੀ ਸਕਾਲਰਸ਼ਿਪ ਮਾਮਲੇ 'ਚ ਪ੍ਰੈਸ ਵਾਰਤਾ ਕਰਨ ਲਈ ਪਹੁੰਚੇ ਸੀ, ਪਰ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਹਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਉਦੋਂ ਤੱਕ ਕਿਸੇ ਵੀ ਭਾਜਪਾ ਵਰਕਰਾਂ ਨੂੰ ਕੋਈ ਵੀ ਮੀਟਿੰਗ ਤੇ ਕੋਈ ਵੀ ਪ੍ਰੈਸ ਵਾਰਤਾ ਨਹੀਂ ਕਰਨ ਦਿੱਤੀ ਜਾਵੇਗੀ। ਦੇਖੋ, ਨਾ ਤਾਂ ਕਿਸਾਨ, ਸਾਨੂੰ ਇਹ ਦੱਸਿਆ ਗਿਆ ਪ੍ਰਸ਼ਾਸਨ ਵੱਲੋਂ ਕਿ ਫਲੋਰ ਤੋਂ ਆਏ ਆ, ਕਿ ਫਲੋਰ ਤੋਂ ਰਸਤੇ 'ਚ ਜਲੰਧਰ ਸ਼ਹਿਰ ਦੇ ਆਲੇ ਦੁਆਲੇ ਕੋਈ ਕਿਸਾਨ ਨਹੀਂ ਰਹਿੰਦਾ। ਇਹ ਕਿਸਾਨ ਨਹੀਂ ਹੈ, ਲਾਲ ਝੰਡੇ ਜਿਹੜੇ ਲੱਗੇ ਆ ਇਹ ਉਹ ਜਿਹੜੇ ਵਿਅਕਤੀ ਨੇ ਜਿਨ੍ਹਾਂ ਨੇ ਹਮੇਸ਼ਾ ਅਰਾਜਕਤਾ ਫੈਲਾਈ ਹੈ, ਔਰ ਉਹਨਾਂ ਦਾ ਕੋਈ ਆਧਾਰ ਪੰਜਾਬ 'ਚ ਨਹੀਂ ਹੈ, ਔਰ ਉਹਨਾਂ ਦੇ ਉਕਸਾਉਣ ਵਾਲੀ ਇਹ ਪੰਜਾਬ ਸਰਕਾਰ ਹੈ। ਔਰ ਉਹਦਾ ਸਭ ਤੋਂ ਵੱਡਾ ਜਿੰਦਾ ਜਾਗਦਾ ਸਬੂਤ ਹੈ ਕਿ ਅਸੀਂ 3 ਵਜੇ ਪ੍ਰੈਸ ਕਾਨਫਰੰਸ ਰੱਖੀ ਸੀ, ਸਾਰਿਆਂ ਨੂੰ, ਤੁਹਾਨੂੰ ਸਾਰਿਆਂ ਨੂੰ ਸੁਨੇਹੇ ਵੀ ਲਾਏ ਸੀ,
और प्रशासन ने ही किसानों नूं लियांदा, नहीं तो अज तक तो जलंधर दे विच असीं रोज़ इत्थे घूमते फिरते हैं और सिर्फ अज ही क्यों लियांदा। मैं तो इत्थे मेरे रास्ते चों चलिया, जे सारिआं नूं पता सी मैं हुशियारपुर तो चलिया आ, राह च आदमपुर भी पैंदा, कठार भी पैंदा, रामा मंडी भी पैंदी आ, राह जी टी रोड भी सी, किते भी मेरा घेरा ला सकदे सी पर किते नहीं लगाया, किसी ने नहीं रोकिया, क्योंकि किसान दलितां दे नाल हमेशा रहा और ये जिहड़े बैठे दलित विरोधी बैठे ने। किसानों के नाल साडी समस्या जिहड़ी किसानों की होवे, असीं उन्हां दी समस्या दे नाल खड़े हाँ और उन्हां नूं बार बार कहने हैं असीं तुहानूं सुणन नूं भी तैयार हाँ, तुहाडी गल समझण नूं भी तैयार हाँ, असीं अपनी समझाउण नूं भी तैयार हाँ। जे तुहाडी तुसीं सानूं समझा दोगे जे उहदे च कोई उणताई होगी, क्यों नहीं असीं दिल्ली लैके जावांगे, असीं पंजाब दे वासी हाँ। दिल्ली गए सीगे और उन्हां नूं सद्दे ते गए सी और उन्हां नूं सैकटरी ने सद्दिया सी, सैकटरी ने हमेशा ऑफिसर ही गल मंत्री ना मीटिंग लैके जाने सी ना, मीटिंग जिहड़ी चिट्ठी आई सी उन्होंने ऑफिसर ने बुलाया सी और उन्होंने उन्हां दी समस्या नूं समझण लई बुलाया सी और ये जिहड़ा प्रचार कर रहे झूठा प्रचार कर रहे। मैं तुहाडे माध्यम नाल पुछ लैना, तुहाडे कोल इन्ना चिर हो गया कि किसान ने आण के तुहानूं कहा कि फलाने एक्ट की फलानी क्लाज जिहड़ी आ साडे नुकसानदायक है, किसे एक किसान ने तुहानूं कोई तत्थां दी गल कीती? किसान विरोधी, किसान विरोधी कौन विरोधी? ये सारे भरम भुलेखे सब कांग्रेस दी और पंजाब सरकार दी ये सारी देन है और अज भी जिहड़ा अज जिहड़ा विधानसभा च ड्रामा होया वह भी जिहड़ा आ कि मैं रिजाइन दे देंगे, क्योंकि उन्होंने पता लग गया कि थोड़ा आधार थल्ले खुसक चुकया, आधार जिन्हों तुहानूं इत्थे जिहड़ा रिजाइन देने नहीं सी लोगों ने बनाया, तुहानूं इत्थे वोटां पा के इस करके बनाया कि तुसीं हालात सांभो और हालात तुहाडे कोल संभाल नहीं होंदे और तुसीं उल्टे सीधे और गैर कानूनी तुसीं जिहड़े विधानसभा दे विच पास कर दिओ और ये कहोगे कि मैनूं रोकूगे तो मैं रिजाइन कर देंगा, की मतलब है इहदा? मतलब तैनूं इत्थे जिहड़ियां गलत चीज़ां नूं असंविधानिक कामां लई भेजिआ, तैनूं इत्थे गुंडागर्दी लई नहीं भेजिआ, तैन ये जी तौंसवा ये तौंस देने लिए किसी मुख्यमंत्री नहीं बनाया जाता, ये जिस तरह दियाँ तौंसा दिते हैं वो पंजाब की जनता समझती है नहीं संभाल सकता, रिजाइन देवे असं तो रोज़ दे कहने कि इस्तीफा देवे, क्यों कह दे नहीं स्कॉलरशिप के उत्ते कहना मैं पैसे नहीं दे सकता, वो रिजाइन दे दे, इतने रोज़ घोटाले होंगे वो देवे रिजाइन, दो महीने तो दसो किसानों की कदों इन्होंने मीटिंग करके कदों साडे नाल गल की है और जो इतने पंजाब दिल्ली मीटिंग हुई ये पंजाब सरकार के नुमाइंदे जाके कह के असी इतने का जो फाइनेंस मिनिस्टर तुम तो हम गल करते हैं अज लागू करती है, असी तो 2017 लागू करता, अज जो उन्होंने एक्ट ही खत्म करना सी पहला ये कहें कि 2017 का जोड़ा एक्ट है उसी खत्म किया और अकाली दल जो रौला पाँगा पहला वो ये कहता कि कॉन्ट्रैक्ट फार्मिंग का जोड़ा असी 2013 किया जिद करके इन हूं तो अच्छ किसान दुखी है वो पहला कैंसल कर दे फिर गल कर दे कि पंजाब का एक्ट कैंसल कर दे, ये तो सिर्फ शोशेबाजी और अपन कमजोरियां छुपाने की गल है। देखो गल सुनो, मैं आया प्रेस कॉन्फ्रेंस की तुम्हें पिछले तिना महीनों चार महीनों कोई साडा एक वर्कर कित कोई माहौल खराब करने वाला नज़र आया? अज की प्रेस कॉन्फ्रेंस करना थोड़े नाल गल करना माहौल खराब है, ये मैं किया तो करना भी है, जे प्रेस नाल गल करना माहौल खराब है तो साडी लोकतंत्र की आवाज़ वो बंद करना, जे साडा माहौल खराब करना तो वह सानू करने की लोड़ है, वह तो लोकतंत्र च असीं वह तो करना ही करना, सो इस करके माहौल अज प्रेस कॉन्फ्रेंस तो इत्थे हो गई, असीं उस जगह पर की दसो कित्थे कोई प्रॉब्लम आई, अज असीं इत्थे बड़े जबकि असीं सारे गुस्से च असीं चाहुंदे उत्थे होंदे पर असीं जिहड़े आ माहौल खराब नहीं होण दिंदे तो सिर्फ भारतीय जनता पार्टी के लोग ही आ, बाकी तो सारे बाहर गुंडे बैठे आ, वो सारिआं नूं पता है कोई कांग किसान नहीं है, जे मैनूं कोई किसान आके कहे कि मैं गल करनी चाहां तां ही है ना, तो फिर आण के मैनूं कह देणा गल करनी है, किसी ने कहा वो मेरे घर मोहरे आए, मैं उन्होंने पूछा दसो कहिंदे तेरे नाल गल ही नहीं करनी, मैं उन्होंने जिथे बैठ गए मैं उत्थे चला गया, मैं कह लियाओ दसो, मैं उन्होंने बिच बैठ गया लियाओ दसो, कहिंदे गल ही नहीं करनी, जब गल ही नहीं करनी तो मैं ये भी गया, मैं मीडिया के विच कहा कि जब इन्होंने गल ही नहीं करनी तो मेरे को क्यों है, जे इन्हों पुछो तो जाके गल करनी, मैं इतने खड़ा हाँ, मैं कहना कि मैं खड़ा हाँ, पांच मिनट उन्होंने पुछो दसो कि गल करनी और वो यही कहेंगे असी नहीं करनी असी नहीं करनी, जो बंदा गल करनी चाहता उन्होंने लियाओ मैं गल करने तैयार हाँ, मैनू ये मेरा काम नहीं है, प्रशासन तो चाहता कि माहौल खराब होवे, सरकार ही तो चाहती है, अज साडा जिहड़ा दरवाजा बंद किया अज असी सड़क दे मान लो बाहर खड़े होकर उहदे ते ही प्रेस कॉन्फ्रेंस की है, जे कोई उहदे ते समस्या सी तो उत्थे भी आ सकती सी बंद ताले ते भी आ सकती सी, समस्या साडे च किते नहीं, किसे बंदे दे मूँह चों कोई गलत शब्द सुनिया नहीं सुनिया, ये प्रशासन ही माहौल खराब कर रहा
और जोड़ा क्योंकि प्रशासन क्यों कर रहा, क्योंकि कैप्टन साहब का दबाव है। सिर्फ इस दुनिया के उत्ते किसानों की समस्या ही नहीं है, किसानों की समस्या तो इलावा भी समाज बहुत वड्डा है। अज व्यापारियों की समस्या आ, इंडस्ट्रीज की समस्या आ, कि उन्होंने रास्ते रोक के बैठे, वह भी तो इन्हों का ही नुकसान है। अज मैं जी गल कर रहा कि उन्होंने अपनी समस्या नज़र आती है, ये दलित समाज के उत्ते अत्याचार हो रहे, इन्हों कोई मिल नहीं जाता, कोई रोकता, ये जिथे मर्जी जाता कोई रोकता, सानू रोकते हैं, अत्याचार कितने होंगे साढ़े तो होंगे, वो आरोप लगा दे झूठे लगा दे। किसान विरोध ही नहीं करता साडा, किसान नू पता होंदा खेत च मजदूर काम कर, भाई मेरी भी गल सुन ला ना, हुण धरने लगे तो वह अपनी मसला लैके बैठे, असं अपना मसला लैके बैठे हाँ, इहदा मतलब उन्होंने धरने ला के बैठे, असं अपनी गल बंद कर दईए, साडा बंदा मर देण मार देण। मैं तुहाडे को जवाब मंगदा, साडे बंदे दा जो फौजी है रिटायर होया, उहदे बाप नू मार दिता, उहदी सुणन वाला कोई नहीं, उहनू मार देण, उहदे ते जुत्ती च उहदे पेशाब पड़ा दिता। तुसी मीडिया ने दसिया, असी तो नहीं जाके सुपना आया, सानू गल्लां मीडिया ने दसिया, जे असी झूठियां गल्लां कीतियां ते इहदा मतलब गल मीडिया ने झूठी दसी सानू, मीडिया ने कवरेज करनी है तो क्यों करनी सानू दसण लई। चलिए मैं तुहाडी गल दा जवाब दित्ता, तुहाडी जिहड़ी गल आ मैं कहिंदा कि वह किसान साडा रास्ता रोक नहीं सकदा, ये जिहड़े सरकार दे खरीदे होए ये वर्कर आ, इही आ। चलिए गल कही है कि लाल झंडे वाले आ, देखो गल सुनो, उन्हां का मुद्दा है तो असीं कहिंदे गल करन नूं तैयार, मुद्दा कोई नहीं। मेरा क्वेश्चन हो रहा है, पार्टी दे दिनेश जी ने, मैं यह कहा कि राजनीतिक पार्टियों के बंदे ने, मेरे ख्याल मैं राजनीतिक पार्टी, मैं क्या ना राजनीतिक पार्टी, कम्युनिस्ट राजनीतिक पार्टियां दे बंदे ने, बट नहीं दे हैव सपोर्ट विद द लाइट मूवमेंट। मैं क्लियर करता, देखिए गल इदा कि हरेक की आपो अपनी व्यक्तिगत समस्या, मैं जी मेरी भी एक अनुसूचित जाति के व्यक्ति होने के नाते जो मेरी भी कोई समस्या आएगी तो मैं उसका गल करांगा ही करांगा, सो ये मैं किसी होर पासे इस मसले को ट्विस्ट करा वो नहीं हो सकता। उधर विजय सांपला का कहना है कि जिन्हां लोगों ने उन्हां दा घिराओ किया वह किसान नहीं बल्कि कांग्रेसी वर्कर ने। नाल ही सांपला ने तर्क दिता कि मैं हुशियारपुर तो जलंधर तक आया, जेकर यह किसान होंदे तां उदों क्यों नहीं रोकिया गया, यह कांग्रेस की सोची समझी साजिश है। देखो अज जदों सानूं पता लगा भी मिस्टर सांपला जी इत्थे सर्किट हाउस विच अपनी प्रैस कॉन्फ्रेंस कर रहे हैं, इमीजिएटली असीं रश किया प्लेस ते इहनूं आला दुआला जिहड़ा सिक्योर किया, क्योंकि एटमोसफीयर सरचार्ज है तो अगे वेख लिया भी सांपला जी का काफ़ी जगह जरा विरोध होया वै, उस मामले में मद्देनज़र रखते हुए असी इमीजिएटली जरा इतने पहुँच के जोड़े सज्जे खब्बे नाकाबंदी करके जोड़ा आप जो माहौल जोड़ा शांत रख लिया। हूँ जोड़े अं सिक्योरिटी अरेजमेंट सारे किए हुए हैं, एक साइड तो किसान ने दूजे पास आपकी प्रैस कॉन्फ्रेंस करके तो जोड़े इतों चले गए हैं। एडमिनिस्ट्रेशन जो परमिशन मंगी होगी तो उन्होंने जो दी होगी तो उन्होंने उस हिसाब ना कर लियो, अदरवाइज इसके बाद अपना कोई नहीं, क्यों साढ़े तो कोई परमिशन उन्होंने ना ली है ना ही दी है जी। जिहड़े किसान कित्थों आए ने प्रदर्शन करन लई, विजय सांपला का विरोध किसानों वालों किया गया, मामला बहुत ही गरमा गया। इस तो बाद पुलिस प्रशासन ने उत्थे आके मामले नूं ठंडा किया, सो वेखना यह होगा कि आखिर भाजपा के वर्करा कदों तक किसानों के गुस्से का शिकार होना पवेगा। जलंधर तो मनवीर सबरवाल की रिपोर्ट, डी फाइव चैनल पंजाबी। डी5 चैनल पंजाबी हुणे सबसक्राइब करो, बैल आइकन ते क्लिक करो।